ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ, ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਨਵੇਂ ਵਲੌਗ ਵਿੱਚ। ਦੋਸਤੋ, ਅੱਜ ਦੇ ਇਸ ਵਲੌਗ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹੈ ਅਲਸੀ ਵਾਲੀਆਂ ਪਿੰਨੀਆਂ ਦੀ ਰੈਸਪੀ, ਅਤੇ ਸਾਡੇ ਘਰ ਅਲਸੀ ਵਾਲੀਆਂ ਪਿੰਨੀਆਂ ਕਿੱਦਾਂ ਬਣਾਈਆਂ ਜਾਂਦੀਆਂ ਨੇ, ਇਹ ਜਾਣਨ ਲਈ ਪੂਰਾ ਵਲੌਗ ਜ਼ਰੂਰ ਦੇਖਿਓ ਜੀ। ਸਭ ਤੋਂ ਪਹਿਲਾਂ ਭੂਆ ਜੀ ਨੇ ਕੜਾਹੀ ਦੇ ਵਿੱਚ ਪਾ ਲਿਆ ਦੁੱਧ ਅਤੇ ਖੋਆ ਮਾਰਨਗੇ। ਸਭ ਤੋਂ ਪਹਿਲਾਂ ਦੁੱਧ ਗਰਮ ਕਰ ਲਿਆ ਚੰਗੀ ਤਰ੍ਹਾਂ, ਅਤੇ ਹੁਣ ਇਸ ਨੂੰ ਮੱਠੀ ਮੱਠੀ ਅੱਗ 'ਤੇ ਕੜਛੀ ਫੇਰੀ ਜਾਣਗੇ, ਕਿਉਂਕਿ ਇਹ ਥੱਲੇ ਨਾ ਲੱਗੇ ਦੁੱਧ, ਅਤੇ ਖੋਆ ਮਾਰਨ ਲਈ ਕਾਫੀ ਟਾਈਮ ਲੱਗ ਜਾਂਦਾ ਹੈ, ਇਹ ਬਹੁਤ ਮਿਹਨਤ ਵਾਲਾ ਕੰਮ ਹੁੰਦਾ ਹੈ ਦੋਸਤੋ। ਅਤੇ ਇੱਦਾਂ ਹੁਣ ਕੜਛੀ ਫੇਰੀ ਜਾਣਗੇ, ਅਤੇ ਹੌਲੀ ਹੌਲੀ ਜਿਹੜਾ ਦੁੱਧ ਘੱਟਦਾ ਜਾਊਗਾ ਅਤੇ ਇਹਦਾ ਖੋਆ ਬਣ ਜੂਗਾ। ਅਤੇ ਇੱਧਰ ਭਾਬੀ ਜੀ ਧਰ ਰਹੇ ਨੇ ਚੌਲ, ਲੂਣ ਵਾਲੇ ਚੌਲ ਬਣਾ ਰਹੇ ਨੇ, ਉਸਨੂੰ ਤੜਕਾ ਲਾ ਰਹੇ ਨੇ, ਅਤੇ ਅੱਜ ਮਨ ਕਰ ਰਿਹਾ ਸੀ ਸਾਰਿਆਂ ਦਾ ਲੂਣ ਵਾਲੇ ਚੌਲ ਖਾਣ ਦਾ। ਅਤੇ ਅਲਸੀ ਵਾਲੀਆਂ ਪਿੰਨੀਆਂ ਦੋਸਤੋ ਸਿਆਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਹੈ, ਖਾਸ ਕਰ ਬਜ਼ੁਰਗਾਂ ਲਈ। ਅਤੇ 3-4 ਵਾਰੀ ਅਸੀਂ ਪਹਿਲਾਂ ਦੂਸਰੀਆਂ ਪਿੰਨੀਆਂ ਬਣਾਈਆਂ ਸੀ ਖੋਏ ਦੀਆਂ, ਅਤੇ ਹੁਣ ਸਾਰਿਆਂ ਦੀ ਡਿਮਾਂਡ ਸੀ ਅਲਸੀ ਵਾਲੀਆਂ ਪਿੰਨੀਆਂ ਖਾਣ ਦੀ, ਅਤੇ ਇਸ ਲਈ ਅੱਜ ਬਣਾ ਰਹੇ ਅਲਸੀ ਵਾਲੀਆਂ ਪਿੰਨੀਆਂ। ਅਤੇ ਇਸ ਵਿੱਚ ਪਾਵਾਂਗੇ ਆਪਾਂ ਇੰਨੇ ਸਾਰੇ ਡਰਾਈ ਫਰੂਟਸ, ਅਤੇ ਹੁਣ ਮੈਂ ਨਾ ਬਦਾਮਾਂ ਨੂੰ ਕੱਢ ਕੇ ਅਤੇ ਇਹਨਾਂ ਨੂੰ ਛੋਟੇ ਛੋਟੇ ਪੀਸ ਵਿੱਚ ਕੱਟੂੰਗਾ ਕਰ ਦੇ ਨਾਲ, ਤਾਂ ਕਿ ਚੰਗੀ ਤਰ੍ਹਾਂ ਪਿੰਨੀਆਂ ਦੇ ਵਿੱਚ ਇਹ ਖੋਏ ਦੇ ਵਿੱਚ ਮਿਕਸ ਹੋ ਜੂਗਾ। ਅਤੇ ਜਿਹੜੀ ਸੌਗੀ ਆ ਉਹ ਆਪਾਂ ਇੱਦਾਂ ਹੀ ਪਾ ਦਾਂਗੇ, ਛੁਆਰੇ ਆਪਾਂ ਦੁੱਧ ਦੇ ਵਿੱਚ ਹੀ ਪਾ ਦਿੱਤੇ ਸੀ ਗਰਮ ਕਰਨ ਲਈ, ਉਹ ਪੋਲੇ ਹੋ ਜਾਣਗੇ, ਉਸ ਤੋਂ ਬਾਅਦ ਆਪਾਂ ਗਿੜਕਾ ਕੱਢ ਦਾਂਗੇ, ਬਾਹਰ ਸੁੱਟ ਦਾਂਗੇ। ਅਤੇ ਆਹ ਇੰਨੇ ਕੁ ਮੈਂ ਰੱਖ ਲਿਆ ਆਪਣੇ ਖਾਣ ਲਈ ਅਲੱਗ। ਅਤੇ ਲਓ ਜੀ, ਆਪਾਂ ਕਰਨ ਲੱਗੇ ਹਾਂ ਬਦਾਮਾਂ ਦੇ ਛੋਟੇ ਛੋਟੇ ਪੀਸ ਕਰ ਦੇ ਨਾਲ, ਅਤੇ ਨਾਰੀਅਲ ਨੂੰ ਆਪਾਂ ਕੱਦੂਕਸ਼ ਕਰ ਲਾਂਗੇ। ਅਤੇ ਇੱਦਾਂ ਹੀ ਮੈਂ ਬਦਾਮ ਅਤੇ ਕਾਜੂਆਂ ਨੂੰ ਕੱਟ ਕੇ ਛੋਟੇ ਛੋਟੇ ਪੀਸ ਕਰਕੇ ਰੱਖ ਲੂੰਗਾ। ਅਤੇ ਉਹ ਉੱਧਰ ਤੁਸੀਂ ਦੇਖ ਸਕਦੇ ਹੋ ਖੇਤ ਵਿੱਚ ਸਤਵਿੰਦਰ ਅਤੇ ਲੇਬਰ ਵਾਲੇ ਗੰਨੇ ਦੀ ਟਰਾਲੀ ਭਰ ਰਹੇ ਨੇ। ਅਤੇ ਲਓ ਜੀ, ਬਸ ਥੋੜ੍ਹਾ ਹੋਰ ਟਾਈਮ ਲੱਗੂਗਾ, ਫਿਰ ਆਪਣਾ ਖੋਆ ਜਿਹੜਾ ਬਣ ਜੂਗਾ, ਸੰਘਣਾ ਹੋਣ ਲੱਗ ਗਿਆ ਦੁੱਧ। ਇਹ ਦੁੱਧ ਜਿਹੜਾ ਫਿਰ ਘੱਟਦਾ ਜਾਂਦਾ ਹੈ ਅਤੇ ਫਿਰ ਖੋਆ ਬਣਨਾ ਸ਼ੁਰੂ ਹੋ ਜਾਂਦਾ ਹੈ। ਅਤੇ ਆਪਾਂ ਕੱਟ ਲਏ, ਇੱਧਰ ਕਾਜੂ ਵੀ ਹੁਣ ਕੱਟਣ ਲੱਗਾ ਮੈਂ, ਕਾਜੂ ਵਗੈਰਾ ਸਭ, ਬਦਾਮ ਕਾਜੂ ਕੱਟ ਲਏ ਆ, ਬਾਕੀ ਸੌਗੀ ਆਪਾਂ ਇੱਦਾਂ ਹੀ ਪਾ ਦਾਂਗੇ ਸਾਫਤੀ। ਕੀ ਹੁੰਦਾ ਵਾ ਨਾਰੀਅਲ ਜਾਂ? ਅੱਛਾ। ਤੇ ਭੂਆ ਜੀ ਨਾਲ ਅਸੀਂ ਵੀ ਮਦਦ ਕਰਾ ਰਹੇ ਹਾਂ, ਕਿਉਂਕਿ ਇਹ ਇਕੱਲੇ ਜਾਣੇ ਦਾ ਕੰਮ ਨਹੀਂ ਹੁੰਦਾ ਹੈ। ਭੂਆ ਜੀ ਉੱਧਰ ਖੋਆ ਤਿਆਰ ਕਰ ਰਹੇ ਤੇ ਆਪਾਂ ਇੱਧਰ ਮੇਵੇ ਵਗੈਰਾ ਕੱਟ ਰਹੇ ਹਾਂ। ਇਹ ਖੋਆ ਬਣ ਕੇ ਹੋ ਗਿਆ ਤਿਆਰ ਆਪਣਾ, ਭੂਆ ਜੀ ਇਸ ਨੂੰ ਪਤੀਲੇ ਵਿੱਚ ਪਾ ਲੈਣਗੇ। ਤੇ ਦੁੱਧ ਅਸੀਂ ਜ਼ਿਆਦਾ ਰੱਖਿਆ, ਇਹ ਖੋਆ ਅਸੀਂ ਜ਼ਿਆਦਾ ਬਣਾਉਣਾ ਹੈ, ਇੱਕ ਵਾਰੀ ਫੇਰ ਦੁੱਧ ਪਾ ਕੇ ਖੋਆ ਮਾਰਨਗੇ, ਕਿਉਂਕਿ ਕੜਾਹੀ ਛੋਟੀ ਪੈ ਜਾਂਦੀ ਹੈ, ਇਸ ਲਈ ਡਬਲ ਮਿਹਨਤ ਪਊਗੀ ਹੁਣ। ਅਤੇ ਇੱਧਰ ਆਪਾਂ ਮੇਵੇ ਸਾਰੇ ਜਿਹੜੇ ਆ ਕੱਟ ਲਏ ਆ, ਬਦਾਮ ਵਗੈਰਾ, ਕਾਜੂ,
ਕਿਰਨ ਨੇ ਨਾਰੀਅਲ ਨੂੰ ਕਰ ਦਿੱਤਾ ਕੱਦੂਕਸ਼, ਅਤੇ ਇੱਧਰ ਰੱਖੀ ਹੈ ਸੌਂਫ ਅਤੇ ਜਵੈਣ ਵੀ, ਇਹ ਵੀ ਪਾਵਾਂਗੇ ਆਪਾਂ ਕੁੱਟ ਕੇ। ਅਤੇ ਲਓ ਜੀ ਇੱਕ ਪਤੀਲੇ 'ਚ ਖੋਆ ਮਾਰ ਕੇ ਰੱਖ ਲਿਆ ਭੂਆ ਜੀ ਨੇ, ਹੁਣ ਦੁਬਾਰਾ ਆਪਾਂ ਦੁੱਧ ਪਾ ਲਿਆ ਹੈ ਅਤੇ ਦੁਬਾਰਾ ਹੁਣ ਖੋਆ ਮਾਰਨਗੇ। ਅਤੇ ਮੈਨੂੰ ਲੱਗ ਗਈ ਸੀ ਭੁੱਖ, ਹੁਣ ਚੌਲ ਬਣ ਕੇ ਤਿਆਰ ਹੋ ਚੁੱਕੇ ਨੇ ਅਤੇ ਮੈਂ ਖਾਣ ਲੱਗਾ ਦਹੀਂ ਦੇ ਨਾਲ ਲੂਣ ਵਾਲੇ ਚੌਲ। ਦਹੀਂ ਦੇ ਨਾਲ ਖਾਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਦੋਸਤੋ। ਅਤੇ ਹੁਣ ਨਾ ਦੂਸਰਾ ਖੋਆ ਵੀ ਵੱਜ ਚੁੱਕਿਆ ਹੈ ਅਤੇ ਭੂਆ ਜੀ ਹੁਣ ਕੜਾਹੀ ਦੇ ਵਿੱਚ ਦੇਸੀ ਘਿਓ ਦੇ ਵਿੱਚ ਆਟਾ ਭੁੰਨਣਗੇ। ਅਤੇ ਲਓ ਜੀ ਆਟਾ ਵੀ ਭੁੰਨ ਚੱਲਿਆ ਹੈ ਘਿਓ ਦੇ ਵਿੱਚ, ਅਤੇ ਇੱਧਰ ਆਪਾਂ ਖੋਆ ਜਿਹੜਾ ਮਾਰ ਕੇ ਰੱਖਿਆ ਹੈ ਅਤੇ ਆਹ ਹੈ ਅਲਸੀ ਦੋਸਤੋ, ਅਤੇ ਇਸ ਨੂੰ ਪੀਸ ਲਿਆ ਸੀ ਮਿਕਸੀ ਦੇ ਵਿੱਚ, ਆਟੇ ਵਾਂਗੂ ਪੀਸ ਲਈ ਅਲਸੀ। ਅਤੇ ਹੁਣ ਇਸ ਵਿੱਚ ਸਾਰੇ ਆਪਾਂ ਮੇਵੇ ਵਗੈਰਾ ਐਡ ਕਰਾਂਗੇ ਅਤੇ ਇਹ ਖੋਆ ਪਾ ਲਿਆ ਇਹਦੇ ਵਿੱਚ, ਆ ਜਿੰਨੇ ਵੀ ਆਪਾਂ ਡਰਾਈ ਫਰੂਟਸ ਕੱਟੇ ਸੀ ਅਤੇ ਉਹ ਸਭ ਪਾ ਲਾਂਗੇ। ਹੁਣ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਸ ਨੂੰ, ਦੇਸੀ ਘਿਓ 'ਚ ਜਿਹੜਾ ਆਪਾਂ ਆਟਾ ਭੁੰਨਿਆ ਸੀ ਉਹ ਵੀ ਇਹਦੇ ਵਿੱਚ ਮਿਕਸ ਕਰਾਂਗੇ ਆਪਾਂ। ਅਤੇ ਅਲਸੀ ਜਿਹੜੀ ਸੀ ਉਹ ਗਰਮ ਉਹ ਭੁੰਨ ਲਈ ਸੀ ਪਹਿਲੇ, ਫਿਰ ਉਸ ਤੋਂ ਬਾਅਦ ਪੀਸ ਲਈ ਸੀ ਆਟੇ ਵਾਂਗੂ ਬਣਾ ਲਈ ਸੀ, ਅਤੇ ਉਹ ਵੀ ਆਪਾਂ ਐਡ ਕਰਾਂਗੇ ਹੁਣ ਸਭ ਚੀਜ਼ਾਂ ਐਡ ਕਰਕੇ। ਉਸ ਤੋਂ ਬਾਅਦ ਚਾਣੀ ਗਰਮ ਕਰਕੇ ਇਸ ਵਿੱਚ ਐਡ ਕਰਾਂਗੇ ਅਤੇ ਬਸ ਆਪਣਾ ਜਿਹੜਾ ਖੋਆ ਤਿਆਰ ਹੋ ਜਾਣਾ ਹੈ। ਫਿਰ ਉਸ ਦੀਆਂ ਆਪਾਂ ਵੱਟਾਂਗੇ ਪਿੰਨੀਆਂ। ਹੁਣ ਸਾਰਿਆਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਹੱਥਾਂ ਦੇ ਨਾਲ ਤਾਂ ਕਿ ਸਭ ਕੁਝ ਚੰਗੀ ਤਰ੍ਹਾਂ ਰਲ ਜੇ। ਤੇ ਇੱਧਰ ਆਪਾਂ ਜਿਹੜੀ ਅਲਸੀ ਵਗੈਰਾ ਸਭ ਕੁਛ ਮਿਕਸ ਕਰ ਲਿਆ ਇਹਦੇ ਵਿੱਚ, ਤੇ ਹੁਣ ਭੂਆ ਜੀ ਨੇ ਚਾਣੀ ਜਿਹੜੀ ਤਿਆਰ ਕਰ ਲਈ ਸੀ ਤੇ ਹੁਣ ਇਹਦੇ ਵਿੱਚ ਪਾਉਣ ਲੱਗੇ ਚਾਣੀ, ਤੇ ਚਾਣੀ ਵੀ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ। ਤੇ ਆਪਾਂ ਚਾਣੀ ਪਾ ਕੇ ਮਿਲਾ ਲਈ ਚੰਗੀ ਤਰ੍ਹਾਂ ਇਹਦੇ ਵਿੱਚ। ਤੇ ਲਓ ਜੀ ਹੁਣ ਆਪਾਂ ਤਿਆਰੀ ਕਰ ਰਹੇ ਹਾਂ ਪਿੰਨੀਆਂ ਵੱਟਣ ਦੀ, ਮੈਂ ਤੇ ਕਿਰਨ, ਅਤੇ ਅਸੀਂ ਇੱਦਾਂ ਕਰਕੇ ਹੁਣ ਸਾਰੀਆਂ ਪਿੰਨੀਆਂ ਵੱਟ ਲਾਂਗੇ। ਅਤੇ ਭੂਆ ਜੀ ਕਾਫੀ ਥੱਕ ਚੁੱਕੇ ਸੀ, ਉਹਨਾਂ ਨੂੰ ਅਸੀਂ ਕਹਿ ਦਿੱਤਾ ਸੀ ਤੁਸੀਂ ਰਹਿਣ ਦਿਓ ਅਸੀਂ ਵੱਟ ਲਾਂਗੇ ਸਾਰੀਆਂ ਪਿੰਨੀਆਂ, ਅਤੇ ਸਾਨੂੰ ਥੋੜ੍ਹਾ ਟਾਈਮ ਲੱਗੂਗਾ ਹੁਣ ਪਿੰਨੀਆਂ ਵੱਟਣ ਦੇ ਵਿੱਚ। ਦੋਸਤੋ ਤੁਸੀਂ ਵੀ ਇਸ ਤਰ੍ਹਾਂ ਪਿੰਨੀਆਂ ਜ਼ਰੂਰ ਟਰਾਈ ਕਰਿਓ, ਕਿਉਂਕਿ ਅਗਰ ਇੱਦਾਂ ਬਣਾਓਗੇ ਇਸ ਤਰੀਕੇ ਦੇ ਨਾਲ ਬਹੁਤ ਹੀ ਸਵਾਦ ਬਣਦੀ ਹੈ, ਕਿਉਂਕਿ ਇਹਦੇ ਵਿੱਚ ਆਪਾਂ ਖੋਆ ਵੀ ਪਾਇਆ ਹੁੰਦਾ ਹੈ, ਫਿਰ ਦੇਸੀ ਘਿਓ 'ਚ ਆਟਾ ਭੁੰਨ ਕੇ
ਪਾਇਆ ਹੁੰਦਾ ਅਤੇ ਕਿੰਨੇ ਸਾਰੇ ਡਰਾਈ ਫਰੂਟਸ ਪਾਏ ਹੁੰਦੇ ਆ ਅਤੇ ਬਹੁਤ ਜ਼ਿਆਦਾ ਸਵਾਦ ਬਣਦੀਆਂ ਪਿੰਨੀਆਂ ਇੱਦਾਂ। ਡਰਾਈ ਫਰੂਟਸ ਜਿਵੇਂ ਆਪਸ਼ਨਲ ਹੁੰਦੇ ਜੀ, ਉਹ ਤੁਸੀਂ ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜੇ ਕਿਹੜੇ ਪਾਉਣੇ, ਜਿੰਨੇ ਪਾਉਣੇ ਹੋ ਆਪਣੀ ਮਰਜ਼ੀ ਅਨੁਸਾਰ ਤੁਸੀਂ ਪਾ ਸਕਦੇ ਹੋ। ਅਤੇ ਆਪਣੇ ਪੰਜਾਬੀ ਭਰਾ, ਆਪਣੇ ਪੰਜਾਬੀ ਲੋਕ ਸਿਆਲਾਂ ਦੇ ਵਿੱਚ ਪਿੰਨੀਆਂ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਆ ਅਤੇ ਹਰ ਘਰ ਵਿੱਚ ਸਿਆਲਾਂ 'ਚ ਪਿੰਨੀਆਂ ਬਹੁਤ ਵਾਰੀ ਬਣਦੀਆਂ ਨੇ। ਅਤੇ ਲਓ ਜੀ, ਆਪਾਂ ਵੱਟ ਲਈਆਂ ਇੰਨੀਆਂ ਸਾਰੀਆਂ ਪਿੰਨੀਆਂ ਅਤੇ ਹੁਣ ਆਪਾਂ ਪਾ ਦਾਂਗੇ ਇਸ ਨੂੰ ਡੱਬੇ ਦੇ ਵਿੱਚ ਅਤੇ ਕਾਫੀ ਦਿਨ ਨਿਕਲ ਜਾਣੇ ਹੁਣ ਸਾਡੇ, ਚਾਹ ਦੇ ਨਾਲ ਹੁਣ ਖਾਇਆ ਕਰਾਂਗੇ ਮਜ਼ੇ ਨਾਲ। ਅਤੇ ਦੋਸਤੋ, ਤੁਹਾਨੂੰ ਇਹ ਪਿੰਨੀਆਂ ਕਿੱਦਾਂ ਲੱਗੀਆਂ ਸਾਡੀਆਂ, ਜ਼ਰੂਰ ਦੱਸਿਓ ਕਮੈਂਟ ਕਰਕੇ। ਅਤੇ ਭੂਆ ਜੀ ਇੱਧਰ ਲੱਗ ਗਏ ਸੀ ਪੀੜੀ ਬੁਣਨ। ਅਤੇ ਮੈਂ ਹੁਣ ਟੇਸਟ ਕਰਕੇ ਦੇਖ ਰਿਹਾ ਪਿੰਨੀ। ਵਾਹ, ਬਹੁਤ ਹੀ ਜ਼ਿਆਦਾ ਸਵਾਦ ਬਣੀਆਂ ਦੋਸਤੋ, ਸਵਾਦ ਤਾਂ ਬਣਨਗੀਆਂ ਹੀ ਦੋਸਤੋ, ਬਹੁਤ ਮਿਹਨਤ ਲੱਗਦੀ ਹੈ ਅਤੇ ਨਾਲੇ ਕਾਫੀ ਇਹਦੇ ਵਿੱਚ ਖੋਇਆ ਅਤੇ ਦੇਸੀ ਘਿਓ, ਮੇਵੇ, ਕਾਫੀ ਚੀਜ਼ਾਂ ਪੈਂਦੀਆਂ ਅਤੇ ਫਿਰ ਬਣਦੀਆਂ ਨੇ, ਬਹੁਤ ਹੀ ਟੇਸਟੀ ਪਿੰਨੀਆਂ ਜੀ। ਹਾਂਜੀ ਦੋਸਤੋ, ਕਿੱਦਾਂ ਲੱਗੀ ਤੁਹਾਨੂੰ ਸਾਡੀ ਪਿੰਨੀਆਂ ਦੀ ਰੈਸਪੀ? ਜੇ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਪੋਰਟ ਜ਼ਰੂਰ ਕਰਿਓ ਸਬਸਕ੍ਰਾਈਬ ਕਰਕੇ। ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ।